ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਛੱਡਣ ਦੀ ਪ੍ਰਕਿਰਿਆ ਲਗਾਤਾਰ ਜਾਰੀ। ਇਸੇ ਕੜੀ ਦੇ ਤਹਿਤ ਕਪੂਰਥਲਾ ਦੀ ਜੇਲ੍ਹ ਵਿੱਚ ਤਕਰੀਬਨ 585 ਕੈਦੀ ਅਤੇ ਹਵਾਲਾਤੀ ਜ਼ਮਾਨਤ ਅਤੇ ਪੇਰੋਲ ਤੇ ਛੱਡੇ ਜਾਣਗੇ। ਇਹ ਸਾਰੀ ਪ੍ਰਕਿਰਿਆ ਉੱਤੇ ਆਖਿਰ ਕੀ ਕਹਿ ਰਹੇ ਨੇ ਕੈਦੀ, ਉਹਨਾਂ ਦੇ ਰਿਸ਼ਤੇਦਾਰ ਅਤੇ SP ਜੇਲ੍ਹ ਇੰਦਰਪਾਲ ਸਿੰਘ? ਆਓ ਮਾਰਦੇ ਇੱਕ ਨਜ਼ਰ। ਜੇਲ੍ਹ ਵਿਭਾਗ ਵੱਲੋਂ ਜੋ ਪ੍ਰੋਸੈਸ ਸ਼ੁਰੂ ਕੀਤਾ ਗਿਆ ਆ ਉਹਦੇ 'ਚ ਹੁਣ ਤੱਕ ਪਰੋਲ 'ਤੇ ਜਿਹੜੇ ਕੈਦੀ ਹੈਗੇ ਉਹ 185 ਦੇ ਕਰੀਬ ਰਿਲੀਜ਼ ਕੀਤੇ ਜਾ ਚੁੱਕੇ ਆ, ਔਰ 350 ਦੇ ਕਰੀਬ ਜਿਹੜੇ ਹੈਗੇ ਆ ਅੰਡਰ ਟ੍ਰਾਇਲ ਜਿਹੜੇ ਹੈਗੇ ਪ੍ਰਿਜ਼ਨਰਸ, ਉਹਨਾਂ ਨੂੰ ਅਸੀਂ ਜ਼ਮਾਨਤ 'ਤੇ ਭੇਜ ਚੁੱਕੇ ਹਾਂ, ਜਿਹਦੇ 'ਚੋਂ 50 ਕੁ ਹੋਰ ਅੱਜ ਪ੍ਰੋਸੈਸ ਚੱਲ ਰਿਹਾ, ਜਿਨ੍ਹਾਂ ਨੂੰ ਹੁਣੇ ਅੱਧੇ ਘੰਟੇ ਦੇ ਵਿੱਚ ਰਿਲੀਜ਼ ਕਰ ਦਿੱਤਾ ਜਾਏਗਾ। ਇਹ ਸਰਕਾਰ ਦਾ ਬੜਾ ਵਧੀਆ ਕਦਮ ਆ, ਔਰ ਕੋਰੋਨਾ ਵਾਇਰਸ ਦੀ ਬੜੀ ਅੱਛੀ ਰੋਕਥਾਮ ਇਹਨਾਂ ਹੋਏਗੀ। ਔਰ ਮੇਰੀ ਵੀ ਸਾਰਿਆਂ ਨੂੰ ਅਪੀਲ ਹੈਗੀ ਵੀ ਜਿਹੜੇ ਕੈਦੀ ਅਤੇ ਜਿਹੜੇ ਪ੍ਰਿਜ਼ਨਰਸ ਦੂਜੇ ਅੰਡਰ ਟ੍ਰਾਇਲ ਆ ਉਹ ਆਪਣੇ ਘਰਾਂ ਦੇ ਵਿੱਚ ਜਾਣ ਔਰ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨ, ਔਰ ਆਪਣੇ ਆਪ ਨੂੰ ਬਿਲਕੁਲ ਸੁਰੱਖਿਅਤ ਰੱਖਣ, ਔਰ ਕਿਸੇ ਤਰ੍ਹਾਂ ਦਾ ਵੀ ਬਾਹਰ ਨਾ ਘੁੰਮਣ, ਜਿਹਦੇ ਨਾਲ ਉਹ ਜਿਹੜਾ ਸਰਕਾਰ ਦਾ ਇਹ ਵਧੀਆ ਮੋਟਿਵ ਆ, ਵਧੀਆ ਅੱਛਾ ਕਦਮ ਹੈਗਾ, ਉਹ ਬਿਲਕੁਲ ਸਹੀ ਤਰ੍ਹਾਂ ਉਹਨੂੰ ਪ੍ਰਵਾਨ ਕੀਤਾ ਜਾਵੇ। ਔਰ ਇਹ ਸਰਕਾਰ ਦਾ ਬਹੁਤ ਅੱਛਾ ਕਦਮ ਆ, ਜਿਹਦੇ ਜਿਹਨੂੰ ਉਹ ਜਿਸ ਕਦਮ ਨਾਲ ਉਹਨਾਂ ਨੂੰ ਇਹ ਸਹੂਲਤ ਮਿਲੀ ਗਈ ਆ, ਔਰ ਇਹ ਸਹੂਲਤ ਦਾ ਪੂਰਾ ਪੂਰਾ ਫਾਇਦਾ ਉਠਾ। ਔਰ ਇਸ ਦੇ ਵਿੱਚ ਸਾਡੇ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਅਲੱਗ ਅਲੱਗ ਪ੍ਰੋਸੈਸ ਦੇ ਵਿੱਚ ਜਦੋਂ ਅਸੀਂ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਲੰਘਾਇਆ ਆ ਔਰ ਉਹਨਾਂ ਦੀ ਚੈਕਿੰਗ ਕੀਤੀ ਆ ਜਾਂ ਉਹਨਾਂ ਨੂੰ ਪ੍ਰੋਸੈਸ ਦੇ ਵਿੱਚ ਸ਼ਾਮਿਲ ਕੀਤਾ ਆ, ਔਰ ਉਹਨਾਂ ਨੂੰ ਅਲੱਗ ਅਲੱਗ ਵਿੱਥ 'ਤੇ ਵੱਖੋ ਵੱਖਰੇ ਅਲੱਗ ਅਲੱਗ ਥਾਵਾਂ ਤੋਂ ਉਹਨਾਂ ਨੂੰ ਅਲੱਗ ਅਲੱਗ ਆਫਿਸਰਸ ਵੱਲੋਂ ਚੈੱਕ ਕੀਤਾ ਜਾਂਦਾ ਆ, ਔਰ ਚੈੱਕ ਕਰਕੇ ਉਹਨਾਂ ਨੂੰ ਅਲੱਗ ਅਲੱਗ ਬਿਠਾ ਕੇ ਜੋ ਵੀ ਉਹਨਾਂ ਦੀ ਫੋਰਮੈਲਿਟੀਜ਼ ਆ ਉਹ ਪੂਰੀਆਂ ਕੀਤੀਆਂ ਜਾ ਰਹੀਆਂ, ਔਰ ਉਹਨਾਂ ਨੂੰ ਹਰ ਇੱਕ ਕੈਦੀ ਅਤੇ ਹਰ ਇੱਕ ਅੰਡਰ ਟ੍ਰਾਇਲ ਪ੍ਰਿਜ਼ਨਰ ਨੂੰ ਮਾਸਕ ਪ੍ਰੋਵਾਈਡ ਕੀਤਾ ਗਿਆ, ਔਰ ਉਹਨਾਂ ਦੇ ਹੱਥ ਸੈਨੀਟਾਈਜ਼, ਹੁਣ ਅੱਜ ਹੀ ਸਾਡੀ ਕਾਰਪੋਰੇਸ਼ਨ ਦੀ ਟੀਮ ਨੇ ਸਾਰੀ ਜੇਲ੍ਹ ਨੂੰ ਸੈਨੀਟਾਈਜ਼ ਕੀਤਾ ਆ, ਔਰ ਉਹਨਾਂ ਦੀਆਂ ਬੈਰਕਾਂ, ਉਹਨਾਂ ਦਾ ਸਮਾਨ ਵਗੈਰਾ ਜੋ ਵੀ ਪੇੜ ਪੌਦੇ ਅੰਦਰ ਲੱਗੇ ਆ, ਸਾਰੀ ਬਿਲਡਿੰਗ ਦੇ ਹਰ ਇੱਕ ਕੋਨੇ ਨੂੰ ਸੈਨੀਟਾਈਜ਼ ਕੀਤਾ ਆ, ਔਰ ਜੇਲ੍ਹ ਪ੍ਰਸ਼ਾਸਨ ਦਾ ਇਹ ਬੜਾ ਵਧੀਆ ਇਹ ਕਦਮ ਹੈਗਾ ਵੀ ਜਿਹਦੇ ਨਾਲ ਉਹ ਸਾਡੀ ਡਿਊਟੀ ਆ ਵੀ ਅਸੀਂ ਉਹਨਾਂ ਨੂੰ ਸੁਰੱਖਿਅਤ ਹੀ ਘਰ ਭੇਜੀਏ, ਔਰ ਉਹ ਮੈਨੂੰ ਆਸ ਆ ਵੀ ਉਹ ਸਾਰੇ ਸੁਰੱਖਿਅਤ ਨਾਲ ਆਪਣੇ ਆਪਣੇ ਘਰਾਂ 'ਚ ਜਾਣਗੇ। ਸੋ ਇਹ ਤਾਂ ਸੀ ਗੱਲ, ਮੇਰੇ ਫਾਦਰ ਸਾਹਿਬ ਨੇ ਅਤੇ ਉਹ ਛੁੱਟੀ ਮਤਲਬ ਕਿ 2 ਮਹੀਨੇ ਦੀ ਸਜ਼ਾ ਹੋਈ ਸੀ ਅਤੇ ਹੁਣ ਰਿਹਾ ਹੋ ਗਿਆ, ਸਰਕਾਰ ਨੇ ਵਧੀਆ ਫੈਸਲਾ ਲਿਆ ਕਰੋਨਾ ਵਾਇਰਸ ਦੇ ਬਿਮਾਰੀ ਤੋਂ। ਆਹੀ ਜੀ ਸੈਂਟਰ ਸਾਈਜ਼ ਵਗੈਰਾ ਕਰਕੇ ਰੱਖਾਂਗੇ, ਮਾਸਕ ਪਾ ਕੇ ਘਰ ਦੇ ਵਿੱਚ ਪਰਿਵਾਰ ਦੇ ਨਾਲ। ਸਰਕਾਰ ਨੂੰ ਬਤਾਇਆ ਗਿਆ ਕਿ ਹੈਂਡ ਵਾਸ਼ ਕਰੋ, ਡਿਸਟੈਂਸ ਵਗੈਰਾ ਬਣਾ ਕੇ ਰੱਖੋ, ਸਾਫ਼ ਸਫ਼ਾਈਆਂ ਵਗੈਰਾ ਘਰ 'ਚੋਂ ਬਾਹਰ ਨਾ ਨਿਕਲੋ, ਇਹ ਸਭ ਚੀਜ਼ਾਂ ਤਾਂ ਦਿੱਤੀ ਗਈ ਹੈ ਕਿ ਆਪਣੇ ਪਰਿਵਾਰ ਵਿੱਚ ਜਾਓ, ਠੀਕ ਠਾਕ ਰਹੋ, ਸੈਨੀਟਾਈਜ਼ਰ ਵਗੈਰਾ ਯੂਜ਼ ਕਰੋ, ਹੱਥ ਤੋਂ ਬਾਹਰ ਨਹੀਂ ਘੁੰਮਣਾ, ਮੂੰਹ ਨੂੰ ਕਵਰ ਕਰਕੇ ਰੱਖੋ। ਇਹ ਕਰੋਨਾ ਵਾਇਰਸ ਕਰਕੇ ਜਿਹੜਾ ਫੈਲਿਆ ਇਹਦੇ ਕਰਕੇ ਛੁੱਟੀ ਮਿਲੀ ਕਿ ਵਧੀਆ ਆਪਣੇ ਘਰ 'ਚ ਜਾਓ, ਪਰਿਵਾਰ 'ਚ ਰਹੋ, ਮੂੰਹ ਮਾ ਢੱਕ ਕੇ ਰੱਖੋ, ਹੱਥ ਧੋ, ਕਰੋਨਾ ਸੇ ਬਚੋ, ਆਪਣੇ ਘਰ ਜਾਓ, ਆਪਣੀ ਫੈਮਿਲੀ ਕੇ ਸਾਥ ਰਹੋ ਆਰਾਮ ਸੇ, ਔਰ ਮਾਸਕ ਜੈਸੇ ਅੰਦਰ ਲਗਾਏ ਔਰ ਬਾਹਰ ਵੀ ਲਗਾਈਏ। ਠੀਕ ਹੈ। ਗੁਰਬਾਣੀ ਖਾਣਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।